ਗੱਲ ਹੋਈ ਤੇ ਮੈਂ ਉਹ ਵੀਰ ਨੂੰ ਫੋਨ ਕੀਤਾ ਮੈਂ ਕਿਹਾ ਹਾਂਜੀ ਮੈਂ ਆਪਣੇ ਫੋਨ ਤੋਂ ਫੋਨ ਕੀਤਾ ਮੈਂ ਕਿਹਾ ਹਾਂਜੀ ਹਰਮਨਦੀਪ ਸਿੰਘ ਤੂਫਾਨ ਬੋਲੰਦੇ ਕਹਿੰਦਾ ਹਾਂਜੀ ਹਾਂਜੀ ਹੈਲੋ ਤੇ ਗੱਲ ਕੀਤੀ ਕਹਿੰਦਾ ਮੈਂ ਪੁਲਸ ਵਾਲਾ ਬੋਲੰਦੇ ਆ ਮੈਂ ਤੇਰੀ ਮਦਦ ਕਰਨਾ ਚਾਹੁੰਦਾ 10000 ਦੀ ਮੈਂ ਕਿਹਾ ਅੱਛਾ ਜੀ ਮੈਂ ਤਾਂ ਨਹੀਂ ਮੈਂ ਸਿੱਧਾ ਮੂੰਹ ਤੇ ਕਹਤਾ ਮੈਂ ਕਿਹਾ ਹਾਂਜੀ ਭਾਜੀ ਹੁਣੇ ਤੁਹਾਨੂੰ ਫੋਨ ਕੀਤਾ ਸੀ ਤੋਈ ਦੂਜੀ ਗੱਲ ਕਹਿੰਦੇ ਪਹਿਲਾਂ ਸੋਚ ਵਿਚਾਰ ਤੇ ਲਿਆ ਕਰ ਕਿ ਦੇ ਵੀ ਦਿਨਾ ਇਹ ਨੰਬਰ ਤੇ ਵੀ ਤੁਸੀਂ ਵੀਡੀਓ ਕਾਲ ਕਰੋ ਜਦੋਂ ਤੱਕ ਤੁਸੀਂ ਮੇਰਾ ਫੇਸ ਨਹੀਂ ਦੇਖ ਰਹੇ ਹਾਂ ਇੱਥੇ ਰੋਕਣਾ ਚਾਹਾਂਗਾ ਬਾਬਾ ਜੀ ਤੁਹਾਨੂੰ ਸਤ ਸ੍ਰੀ ਅਕਾਲ ਦੋਸਤੋ ਮੈਂ ਕਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਲਿਮਿਟਡ ਗਿਆਨ ਪਿਛਲੇ ਦਿਨੀ ਆਪਾਂ ਤੁਹਾਡੇ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਵਿੱਚ ਕੁਝ ਸਮੇਂ ਤੋਂ ਪਕਾਨਿਆਂ ਦੇ ਨਿਸ਼ਾਨੇ ਲਗਵਾਉਣ ਦਾ ਕਾਰੋਬਾਰ ਕਰਨ ਵਾਲੇ ਇੱਕ ਸਿੰਘ ਜਿਨ੍ਹਾਂ ਦਾ ਨਾਮ ਹਰਮਨਦੀਪ ਸਿੰਘ ਤੂਫਾਨ ਹੈ ਉਹਨਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜੋ ਕਿ 14 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਉਹਨਾਂ ਦੀਆਂ ਵਿਚਾਰਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਸਾਰੇ ਸਰੋਤੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਉਹ ਸਿੰਘ ਜੋ ਕਿ ਇਸ ਸਮੇਂ ਦੁਨੀਆ ਦੇ ਵਿੱਚ ਇਕੱਲਾ ਹੀ ਸੰਘਰਸ਼ ਕਰ ਰਿਹਾ ਹੈ ਅਤੇ ਇਸ ਸਮੇਂ ਜੋ ਜ਼ਿੰਦਗੀ ਦੀਆਂ ਕਠਿਨਾਈਆਂ ਨੇ ਉਹਨਾਂ ਨੂੰ ਇਕੱਲੇ ਹੀ ਫੇਸ ਕਰ ਰਹੇ ਨੇ ਉਹਨਾਂ ਦੇ ਕੁਝ ਜ਼ਰੂਰਤਾਂ ਕੁਝ ਵੱਡੀਆਂ ਜੋ ਗੱਲਾਂ ਬਾਤਾਂ ਸਨ ਤੁਹਾਡੇ ਨਾਲ ਸਨ ਮੁਕਤ ਕੀਤੀਆਂ ਸਨ ਜਿਸ ਦੇ ਕਿ ਤੁਸੀਂ ਹੁਣ ਤੱਕ 2 ਤੋਂ 3 ਪਾਰਟ ਦੇਖ ਚੁੱਕੇ ਹੋ ਤੁਹਾਡੇ ਵੀ ਕਾਫੀ ਜ਼ਿਆਦਾ ਸਵਾਲ ਆਏ ਤੇ ਕੁਝ ਹੋਰ ਵੀ ਅਜਿਹੇ ਪੱਖ ਸਨ ਜੋ ਕਿ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸਨ ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਨੇ ਹਰਮਨਦੀਪ ਸਿੰਘ ਤੂਫਾਨ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਿੱਥੇ ਤੁਹਾਡੇ ਨਾਲ ਪੁੱਛੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਉੱਥੇ ਕੁਝ ਅੱਜ ਅਹਿਮ ਖੁਲਾਸੇ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਅਤੇ ਇੱਕ ਵੱਡਾ ਤੌਖਾ ਜੋ ਕਿ ਬਾਬਾ ਹਰਮਨਦੀਪ ਸਿੰਘ ਤੂਫਾਨ ਦੇ ਨਾਮ ਤੇ ਹੋ ਰਿਹਾ ਉਹ ਵੀ ਤੁਹਾਡੇ ਸਾਹਮਣੇ ਅੱਜ ਦੱਸਾਂਗੇ ਕਿ ਪੂਰੀ ਕੀ ਗੱਲਬਾਤ ਹੈ ਸੋ ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਨਵੇਂ ਦੋਸਤ ਵੀਡੀਓ ਦੇ ਥੱਲੇ ਦਿਖ ਰੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ 올 ਤੇ ਜਰੂਰ ਸਿਲੈਕਟ ਕਰ ਲੈਣਾ ਤਾਂ ਕਿ ਹਰ ਇੱਕ ਨਾ ਵੀਡੀਓ ਤੇ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਅਤੇ ਹੋਰ ਵੀਡੀਓ ਸਾਂਝੀਆਂ ਕਰਦੇ ਰਹਿੰਨੇ ਆ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਹਰਮਨਦੀਪ ਸਿੰਘ ਤੂਫਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਜ਼ਿੰਦਗੀ ਕਿਵੇਂ ਲੰਘ ਰਹੀ ਹੈ ਜੀ ਧੰਸੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆ ਉਹਨਾਂ ਦੇ ਕਿਰਪਾ ਸ਼ਦਕਾ ਲੰਗੀ ਜਾਂਦੀ ਆ ਬਾਬਾ ਜੀ ਆਪਾਂ ਜਿਵੇਂ 2 ਤੋਂ 3 ਇੰਟਰਵਿਊਸ ਆਪਾਂ ਵੀ ਕਰ ਚੁੱਕੇ ਆ ਬਾਕੀ ਤਕਰੀਬਨ ਸਾਰੇ ਪੰਜਾਬ ਦੇ ਜਿੰਨੇ ਸਰਕਾਰ ਚੈਨਲ ਨੇ ਸਾਰੇ ਤੁਹਾਡੀ ਕਹਾਣੀ ਤੁਹਾਡੇ ਇੰਟਰਵਿਊਜ਼ ਸੰਗਤ ਤੱਕ ਪਹੁੰਚਾ ਹੀ ਚੁੱਕੇ ਨੇ ਸਾਰੀ ਸੰਗਤ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹੈ ਤੇ ਇਸ ਸਮੇ ਇੱਕ ਵੱਡਾ ਤੋਖਾ ਸਾਹਮਣੇ ਆਇਆ ਸਿੰਘ ਸਾਹਿਬ ਤੋਂ ਵੀ ਪਤਾ ਲੱਗਿਆ ਸਾਨੂੰ ਵੀ ਕੁਝ ਸੂਤਰਾਂ ਤੋਂ ਸਾਹਮਣੇ ਆਇਆ ਕਿ ਕੁਝ ਲੋਕ ਬਾਬਾ ਹਰਮਨਦੀਪ ਸਿੰਘ ਤੂਫਾਨ ਜੀ ਦੇ ਨਾਮ ਤੇ ਸੰਗਤ ਨੂੰ ਮਾਇਆ ਇਕੱਠੀ ਕਰ ਰਹੇ ਨੇ ਕਿ ਬਾਬਾ ਜੀ ਨੂੰ ਜ਼ਰੂਰਤ ਹੈ ਉਸ ਬਾਰੇ ਵੀ ਗੱਲਬਾਤ ਕਰਦੇ ਆ ਜੀ ਤੁਹਾਡੇ ਸਾਹਮਣੇ ਵੀ ਇਹ ਮਸਲਾ ਹੈ ਵੇਖੋ ਜੀ ਮੈਨੂੰ ਯੂਕੇ ਤੋਂ ਫੋਨ ਆਇਆ ਸੀਗਾ ਯੂਕੇ ਤੋਂ ਫੋਨ ਆਇਆ ਉਹ ਯੂਕੇ ਵਾਲੇ ਵੀਰ ਨੇ ਮੈਨੂੰ ਕਿਹਾ ਕਿ ਤੇਰੇ ਨਾਲ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਤੇ ਮੈਂ ਕਿਹਾ ਕੋ ਨੰਬਰ ਮੰਗਿਆ ਉਹਨੇ ਇੱਕ ਬੱਚੇ ਦਾ ਨੰਬਰ ਦਿੱਤਾ ਉਹ ਬੱਚੇ ਨੇ ਫੋਨ ਕਰਕੇ ਬਸ ਇੱਕੋ ਹੀ ਗੱਲ ਕਹੀ ਜਾਂਦਾ ਵਾ ਕਿ ਮੈਂ ਹਰਮਨਦੀਪ ਸਿੰਘ ਬੋਲਣੇ ਮੈਂ ਹਰਮਨਦੀਪ ਸਿੰਘ ਬੋਲਣਦਿਆਂ ਪਰ ਉਹ ਉਹ ਹੈਗਾ ਨਹੀਂ ਸੀਗਾ ਤੇ ਜਿਹੜੇ ਯੂਕੇ ਵਾਲੇ ਸੀਗੇ ਉਹ ਸਿਆਣੇ ਸੀਗੇ ਉਹਨਾਂ ਦੀ ਉਮਰ ਲਗਭਗ 55 ਸਾਲ ਹੋ ਗਈ ਤੁਹਾਨੂੰ ਪਤਾ ਉਮਰ ਦੇ ਨਾਲ ਨਾਲ ਪਤਾ ਲੱਗ ਜਾਂਦਾ ਉਹਨਾਂ ਨੂੰ ਬੋਲੀ ਦੇ ਨਾਲ ਪਤਾ ਲੱਗਾ ਕਿ ਨਹੀਂ ਇੰਨਾ ਉਹ ਇਹਦੇ ਵਿੱਚ ਕੰਫੀਡੈਂਸ ਨਹੀਂ ਹੈਗੀ ਜਿੰਨਾ ਉਹ ਕੰਫੀਡੈਂਸ ਦਾ ਬੋਲਦਾ ਸੀਗਾ ਤੁਨਾਂ ਨੇ ਫੇਰ ਦੂਜੀ ਵਾਰੀ ਸੱਚ ਮਾਰ ਕੇ ਮੇਰਾ ਨੰਬਰ ਲੱਭਿਆ ਤਾਂ ਮੈਨੂੰ ਕਿਹਾ ਕਿ ਇਹ ਕੰਮ ਹੁੰਦਾ ਇੱਕ ਇਹ ਗੱਲ ਇਹ ਗੱਲ ਹੋਈ ਤੇ ਮੈਂ ਉਹ ਵੀਰ ਨੂੰ ਫੋਨ ਕੀਤਾ ਮੈਂ ਕਿਹਾ ਹਾਂਜੀ ਮੈਂ ਆਪਣੇ ਫੋਨ ਤੋਂ ਫੋਨ ਕੀਤਾ ਮੈਂ ਕਿਹਾ ਹਾਂਜੀ ਹਰਮਨਦੀਪ ਸਿੰਘ ਤੂਫਾਨ ਬੋਲੰਦੇ ਕਹਿੰਦਾ ਹਾਂਜੀ ਹਾਂਜੀ ਉਹ ਦੁਕਾਨ ਤੇ ਗਿਆ ਵਾ ਉਹਦਾ ਫੋਨ ਮੇਰੀ ਦੁਕਾਨ ਤੇ ਪਿਆ ਵਾ ਅੱਛਾ ਜੀ ਤੇ ਮੈਂ ਕਿਹਾ ਮੈਂ ਕਿਹਾ ਵੇਖ ਵੀਰ ਮੈਂ ਹਰਮਨਦੀਪ ਸਿੰਘ ਤੂਫਾਨ ਹੀ ਬੋਲਣ ਆਇਆ ਅੱਛਾ ਤੇ ਤੂੰ ਕੌਣ ਬੋਲਣ ਆਵਾ ਉਹਨੇ ਨਾਲ ਹੀ ਫੋਨ ਕਰਤਾ ਪੰਜਾ ਮਿੰਟਾਂ ਬਾਅਦ ਫੋਨ ਆ ਗਿਆ ਇੱਕ ਅੱਛਾ ਜੀ ਤੇ ਮੈਨੂੰ ਤੇ ਪਤਾ ਲੱਗ ਗਿਆ ਸੀਗਾ ਹਾਂ ਨੰਬਰ ਪਾਉਣ ਨੂੰ ਚੇਂਜ ਕੀਤਾ ਬੰਦਾ ਹੋਈ ਆ ਮੈਂ ਕਿਹਾ ਹੈਲੋ ਤੇ ਗੱਲ ਕੀਤੀ ਕਹਿੰਦਾ ਮੈਂ ਪੁਲਸ ਵਾਲਾ ਬੋਲਣਿਆ ਮੈਂ ਤੇਰੀ ਮਦਦ ਕਰਨਾ ਚਾਹੁੰਨਾ 10000 ਦੀ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਨਹੀਂ ਮੈਂ ਸਿੱਧਾ ਮੂੰਹ ਤੇ ਕਹਤਾ ਮੈਂ ਕਿਹਾ ਹਾਂਜੀ ਭਾਜੀ ਹੁਣੇ ਤੁਹਾਨੂੰ ਫੋਨ ਕੀਤਾ ਸੀ ਤੋਈ ਦੂਜੀ ਗੱਲ ਕਹਿੰਦੇ ਪਹਿਲਾਂ ਸੋਚ ਵਿਚਾਰ ਤੇ ਲਿਆ ਕਰ ਕਿ ਕਿਹਦੇ ਨਾਲ ਗੱਲ ਕਰਨਿਆ ਮੈਂ ਕਿਹਾ ਮੈਨੂੰ ਪਤਾ ਵਾ ਮੈਂ ਕਿਹਦੇ ਨਾਲ ਗੱਲ ਕਰਨਿਆ ਤੁਸੀਂ ਹੋਈ ਤੇ ਮੈਨੂੰ ਕਹਿੰਦਾ ਕਿ ਮੈਨੂੰ ਉਹ ਬੱਚੇ ਦਾ ਵੀ ਨੰਬਰ ਦੇ ਤੇ ਜਿੰਨੇ ਤੈਨੂੰ ਇਹ ਗੱਲ ਕਹੀ ਆ ਜਿਨੇ ਨੰਬਰ ਉਹ ਵੀ ਦੇ ਚਲੋ ਮਹਾਰਾਜ ਦੀ ਜਿੰਨੀ ਬੁੱਧੀ ਹੈਗੀ ਨਾ ਉਹਦੇ ਅਨੁਸਾਰ ਉਹਨੂੰ ਨੰਬਰ ਨਹੀਂ ਦਿੱਤਾ। ਠੀਕ। ਕਹਿੰਦਾ ਅਗਲੇ ਦਿਨ ਉਹਦੇ ਉਹਦੇ ਕਹਿਣ ਦਾ ਮੁਤਾਬਕ ਅਗਲੇ ਦਿਨ ਕੋਈ ਥਾਣੇਦਾਰ ਆਊਗਾ ਉਹਦੇ ਤੇ ਉਹ ਮੈਨੂੰ ਅੱਗੇ 10000 ਰੁਪਏ ਦੇਊਗਾ। ਅੱਛਾ ਜੀ। ਅਗਲੇ ਦਿਨ ਉਹਦੋਂ ਗੱਲ ਪੱਕੀ ਹੋ ਗਈ ਕਿ ਜਦੋਂ ਕੋਈ ਆਇਆ ਨੇ। ਤੇ ਟੂਟ ਦਾ ਨਤਾਰਾ ਹਾਂਜੀ ਤੇ ਸੰਗਤ ਨੇ ਵੀ ਕਈ ਜਣਿਆਂ ਨੇ ਕਿਹਾ ਵਕਿ ਹਰਮਨਦੀਪ ਸਿੰਘ ਦੇ ਨਾਂ ਤੇ ਤੇਰੇ ਨਾਂ ਤੋਂ ਕਈ ਲੋਕ ਪਹਿਹ ਮੰਗਾਉਂਦੇ ਨੇ। ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਗਾ ਵੇਖੋ ਜੀ ਪਹਿਲਾਂ ਤੇ ਮੇਰਾ ਨੰਬਰ ਦੇਣ ਦਾ ਕੋਈ ਇਰਾਦਾ ਨਹੀਂ ਸੀਗਾ ਕਿਉਂਕਿ ਮੈਂ ਕੰਮਕਾਰ ਕਰਦਾ ਆ ਹਨਾ ਸੇਵਾ ਵੀ ਕਰਨੀ ਹੁੰਦੀ ਆ ਤੇ ਮੈਂ ਸੌਣਾ ਵੀ ਹੁੰਦਾ ਆ ਠੀਕ ਹੈ ਜੀ ਤੇ ਫਿਰ ਸਾਰੀ ਸੰਗਤ ਦਾ ਵਿਚਾਰ ਕਰਕੇ ਮੈਂ ਇਹ ਗੱਲ ਤੇ ਆਇਆ ਵਾਂ ਮੈਂ ਨੰਬਰ ਤੁਹਾਨੂੰ ਦਊਂਗਾ ਜੇ ਨੰਬਰ ਮੈਂ ਦੇ ਵੀ ਦਿਨਾ ਇਹ ਨੰਬਰ ਤੇ ਵੀ ਤੁਸੀਂ ਵੀਡੀਓ ਕਾਲ ਕਰੋ ਜਦੋਂ ਤੱਕ ਤੁਸੀਂ ਮੇਰਾ ਫੇਸ ਨਹੀਂ ਦੇਖ ਰਹੇ ਅੱਥੇ ਰੋਕਣਾ ਚਾਹਾਂਗਾ ਬਾਬਾ ਜੀ ਤੁਹਾਨੂੰ ਹੁਣ ਆਪਣਾ ਨੰਬਰ ਵੀ ਦੱਸਣਗੇ ਜਿਸ ਤਰ੍ਹਾਂ ਦੀ ਦੋਸਤੋ ਤੁਹਾਨੂੰ ਪਤਾ ਹੈ ਅੱਜ ਕੱਲ ਧੋਕੇਬਾਜ਼ੀ ਚੱਲ ਰਹੀ ਹੈ ਕੁਝ ਲੋਕ ਨਜਾਇਜ਼ ਫਾਇਦਾ ਉਠਾਉਂਦੇ ਨੇ ਤੁਸੀਂ ਪਹਿਲਾਂ ਕੋਸ਼ਿਸ਼ ਕਰਨਾ ਇੱਕ ਤੁਹਾਨੂੰ ਟਾਈਮ ਸ਼ਡਿਊਲ ਵੀ ਦੱਸਾਂਗੇ ਦੋਸਤੋ ਕਿਉਂਕਿ ਬਾਬਾ ਜੀ ਪੜ੍ਹਾਈ ਵੀ ਕਰਦੇ ਨੇ ਸੇਵਾ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਜੋ ਆਪਣੇ ਹੋਰ ਰੋਜ਼ਮਰ ਰ ਦੇ ਕੰਮ ਹੁੰਦੇ ਨੇ ਉਹ ਵੀ ਇਹਨਾਂ ਨੇ ਕਰਨੇ ਹੁੰਦੇ ਨੇ ਤੇ ਆਪਣਾ ਜੋ ਇੱਕ ਛੋਟਾ ਜਿਹਾ ਕਾਰੋਬਾਰ ਹੈ ਉਹਨੂੰ ਵੀ ਸਮਾਂ ਦੇਣਾ ਹੁੰਦਾ ਸੋ ਤੁਹਾਨੂੰ ਬਾਬਾ ਜੀ ਇੱਕ ਸਮਾਂ ਵੀ ਦੱਸਣਗੇ ਉਸ ਸਮੇਂ ਦੇ ਵਿੱਚ ਤੁਸੀਂ ਵੀਡੀਓ ਕਾਲ ਕਰਕੇ ਕਨਫਰਮ ਕਰੋ ਪਹਿਲਾਂ ਜਿਹੜੇ ਦੋਸਤਾਂ ਨੇ ਜਿਹੜੀ ਸੰਗਤ ਨੇ ਸੇਵਾ ਕਰਨੀ ਹੈ ਪਹਿਲਾਂ ਬਾਬਾ ਜੀ ਨੂੰ ਵੀਡੀਓ ਕਾਲ ਕਰੋ ਜਦੋਂ ਤੁਹਾਨੂੰ ਤਸੱਲੀ ਹੋ ਜਵੇ ਕਿ ਹਾਂਜੀ ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਕਾਲ ਕਰਕੇ ਜਿਵੇਂ ਵੀ ਤੁਸੀਂ ਦੀ ਆਪਣੀ ਸੇਵਾ ਕਰਨੀ ਚਾਹੁੰਦੇ ਹੋ ਕੋਸ਼ਿਸ਼ ਕਰੋ ਤੁਹਾਡਾ ਕੋਈ ਰਿਸ਼ਤੇਦਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਜਾਂ ਨੇੜੇ ਤੇੜੇ ਹੈ ਤਾਂ ਉਹ ਆਪਣੇ ਮਿਲ ਕੇ ਬਾਬਾ ਜੀ ਨੂੰ ਸੇਵਾ ਕਰੇ ਉਹ ਸਾਰਾ ਸਮਾਂ ਵੀ ਤੁਹਾਨੂੰ ਦੱਸ ਦਿੰਦੇ ਨੇ ਨੰਬਰ ਵੀ ਦੱਸ ਦਿਓ ਤੇ ਸਮਾਂ ਵੀ ਜ਼ਰੂਰ ਦੱਸੋ ਨੰਬਰ ਤੇ ਹਾਂਜੀ ਨੰਬਰ ਤੇ ਸਮਾਂ ਦੱਸਣ ਤੋਂ ਪਹਿਲਾਂ ਇੱਕ ਬੇਨਤੀ ਕਰ ਜੂਗਾ ਕਿਥੇ ਇਹ ਨਾ ਸੋਚਿਓ ਕਿ ਮੈਂ ਮਾਇਆ ਕਰਕੇ ਸੇਵਾ ਕਰਕੇ ਮੈਂ ਤੁਹਾਨੂੰ ਨੰਬਰ ਦੇਣ ਲੱਗਾ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਮੇਰੇ ਨਾਂ ਤੋਂ ਮਾਇਆ ਕੋਈ ਨਾ ਇਕੱਠੀ ਕਰੇ ਹਨ ਫਿਰ ਮੇਰੇ ਉੱਤੇ ਕੋਈ ਬਲੇਮ ਨਹੀਂ ਆਊਗਾ ਬਲੇਮ ਸਾਰਾ ਬਾਣੇ ਤੇ ਆਉਣਾ ਹੈ ਤੇ ਮੈਂ ਫਿਰ ਇਹ ਗੱਲ ਕਹਿਦਾ ਬਾਣੇ ਤੇ ਇੱਜ਼ਤ ਮੈਂ ਤੇ ਨਹੀਂ ਲਾਉਣਾ ਚਾਹੂੰਗਾ ਜੀ ਕਿਉਂਕਿ ਮੈਂ ਮੇਰਾ ਸੀਸ ਵੱਡਿਆ ਜਾਵੇ ਪਰ ਬਾਣੇ ਤੇ ਇੱਜ਼ਤ ਨਾਲ ਇਹ ਦਾਗ ਨਾ ਲੱਗੇ ਇਹ ਬਾਣੇ ਪਿੱਛੇ ਤੇ ਕਈਆਂ ਨੇ ਆਪਣੇ ਸੀਸ ਦੇ ਦਿੱਤੇ ਨੇ ਹਨਾ ਇਹ ਤੁਹਾਨੂੰ ਵੀ ਪਤਾ ਆ ਤੇ ਮੈਨੂੰ ਵੀ ਪਤਾ ਵਾ ਇਸੇ ਕਰਕੇ ਮੈਂ ਇਹ ਗੱਲ ਮੇਰਾ ਨੰਬਰ ਹੈਗਾ ਜੀ 97 81012648 ਇਹ ਮੇਰਾ ਨੰਬਰ ਜੀ ਤੇ ਟਾਈਮ ਜਿਹੜਾ ਆਪਾਂ ਸਾਰਿਆਂ ਨੇ ਵਿਚਾਰ ਕੀਤੀ ਆ ਉਹ ਹੈਗਾ ਜੀ 2 ਤੋਂ 4 ਵਜੇ ਤੱਕ ਹੁਣ ਤੁਸੀਂ ਸੋਚੋਗੇ ਮੈਂ ਟਾਈਮ ਕਿਉਂ ਪੱਕਾ ਕੀਤਾ ਇਹਦਾ ਵੀ ਮੈਂ ਉੱਤਰ ਦੇ ਦੇਣਾ ਵੇਖੋ ਮੈਂ ਰਾਤ ਸੇਵਾ ਦੇ ਜਾਣਾ ਹੁੰਦਾ ਵਾ ਤੇ ਰਾਤ ਸੇਵਾ ਤੇ ਜਾਣ ਕਰਕੇ ਮੈਂ ਸਾਰੀ ਰਾਤ ਜਾਗਣਾ ਫਿਰ ਸਵੇਰੇ 5:00 ਵਜੇ ਸੌਣਾ ਤੇ 12:00 ਵਜੇ ਉੱਠ ਜਾਣਾ 12:00 ਤੋਂ ਲੈ ਕੇ 5:00 ਵਜੇ ਦੇ 12:00 ਵਜੇ ਉੱਠ ਜਾਣਾ ਇਸ਼ਨਾਨ ਪਾਣੀ ਕਰਨਾ 1:00 ਵਜੇ ਜਾਣਾ ਫਿਰ ਲੰਗਰ ਛਕਣਾ ਨਾ 1:30 ਵਜੇ ਜਾਣਾ ਫਿਰ ਜਿਹੜਾ ਮੈਂ ਕੰਮ ਕਰਦਾ ਉਹਦਾ ਸਮਾਨ ਲੈਣ ਜਾਣਾ ਮਾਰਕੀਟ 'ਚ ਹਨਾ ਮਾਰਕੀਟ 'ਚ ਸੈਰ ਵਿੱਚ ਬੱਸ ਸਟੈਂਡ ਇਧਰ ਮਾਰਕੀਟ 'ਚ ਸਮਾਨ ਲੈਣ ਜਾਣਾ ਉਹ ਲਿਆ ਲੂ ਕਿ ਮੈਂ 2 ਵਜੇ ਵੇਲਾ ਹੋ ਜਾਊਗਾ ਤੇ 2 ਵਜੇ ਮੈਂ ਤੁਹਾਡੇ ਨਾਲ ਕਾਲ ਕਰੂੰਗਾ ਤਾਂ ਜੇ ਤੁਹਾਡੀ ਕਾਲ ਆਈ ਮੈਂ ਗੱਲ ਕਰੂੰਗਾ ਤੇ ਫਿਰ 5 ਵਜੇ ਮੈਂ ਕੰਮ ਤੇ ਜਾਣਾ ਹੁੰਦਾ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਮੈਂ ਫਿਰ ਉਹੀ ਬੇਨਤੀ ਕਰੂੰਗਾ ਇੱਕ ਕੋਈ ਜੇ ਤੁਸੀਂ ਮੇਰੇ ਬਾਰੇ ਪੁੱਛਣਾ ਆ ਮੇਰਾ ਹਾਲ ਚਾਲ ਵੀ ਪੁੱਛਣਾ ਕੋਈ ਸੰਗਤ ਮੈਨੂੰ ਪ੍ਰੇਮ ਕਰਦੀ ਆ ਤਾਂ ਹੀ ਫੋਨ ਕਰਦੀ ਆ ਹਾਂ ਜੀ ਹਨਾ ਤਾਂ ਹੀ ਮੇਰੇ ਕੋਲ ਆਉਂਦੀ ਆ ਇਸ ਕਰਕੇ ਜੇ ਤੁਸੀਂ ਫੋਨ ਕਰੋਗੇ 4 ਤੋਂ 6 ਸੌਰੀ 2 ਤੋਂ 4 ਦੇ ਵਿੱਚ ਵਿੱਚ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਮਿਲ ਵੀ ਸਕਦੇ ਹੋ ਹਾਂ ਜੀ ਮਿਲ ਵੀ ਸਕਦੇ ਹੋ ਮਿਲਣਾ ਹੋਵੇ ਤੇ ਤੁਹਾਨੂੰ ਪਤਾ ਹੀ ਹੈ ਹੈਰੀਟੇਜ ਸਪੀਜ ਉੱਤੇ ਮੈਂ ਕੰਮ ਕਰਦਾ ਆ ਸਾਮੀ 5 ਵਜੇ ਤੋਂ ਜਾਂ 6 ਵਜੇ ਤੋਂ ਲੈ ਕੇ 11 ਵਜੇ ਤੱਕ ਸੋ ਦੋਸਤੋ ਸਮਾ ਬਾਈ ਨੇ ਸੰਖ ਸਾਬ ਨੇ ਕਲੀਅਰ ਕਰ ਹੀ ਦਿੱਤਾ ਤੁਹਾਨੂੰ ਅਸੀਂ ਵੀ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਬਾਬਾ ਜੀ ਵੱਲੋਂ ਜੋ ਆਪਣਾ ਨੰਬਰ ਦੱਸਿਆ ਗਿਆ ਉਹ ਸਿਰਫ ਉਹਨਾਂ ਕਟਨਾਵਾ ਨੂੰ ਰੋਕਣ ਦੇ ਲਈ ਹੈ ਜੋ ਕਿ ਇੱਕ ਸਿੰਘ ਦੇ ਨਾਮ ਤੇ ਕੁਝ ਲੋਕ ਜੋ 420 ਕਰਦੇ ਨੇ ਜੋ ਧੋਖਾबाजी ਕਰਦੇ ਨੇ ਕਿ ਉਸ ਤਰ੍ਹਾਂ ਦੀ ਕਟਨਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਹਨਾਂ ਦੇ ਨਾਮ ਤੇ ਕੋਈ ਹੋਰ ਤੁਹਾਡੇ ਨਾਲ ਇਹਨਾਂ ਦਾ ਨਾਮ ਵਰਤ ਕੇ ਤੁਹਾਡੇ ਨਾਲ ਗੱਲਬਾਤ ਜਿਵੇਂ ਕਿ ਇਹਨਾਂ ਨੇ ਦੱਸੀ ਹੈ ਕਿ ਇੱਕ ਬੱਚੇ ਨਾਲ ਕੋਈ ਗੱਲਬਾਤ ਕਰਵਾ ਰਿਆ ਸੀਗਾ ਅਸੀਂ ਅੱਜ ਤੱਕ ਨੰਬਰ ਨਹੀਂ ਦਿੱਤਾ ਸੀਗਾ ਇੱਕ ਮਿਸਟੇਕ ਹੋਈ ਕਿਉਂਕਿ ਪਹਿਲਾਂ ਦੇ ਦਿੰਦੇ ਸ਼ਾਇਦ ਉਹਨਾਂ ਨੂੰ ਮੌਕਾ ਨਾ ਮਿਲਦਾ ਸੋ ਇਸੇ ਕਰਕੇ ਤੁਹਾਨੂੰ ਬਾਬਾ ਜੀ ਦਾ ਨੰਬਰ ਵੀ ਦਿੱਤਾ ਤੇ ਇੱਕ ਦੋਸਤੋ ਚੈਨਲ ਵੱਲੋਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਸਟੱਡੀ ਵੀ ਕਰਨੀ ਹੁੰਦੀ ਹੈ ਸੇਵਾ ਵੀ ਕਰਦੇ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਹੀ ਹੈ ਤੇ ਉਸ ਤੋਂ ਬਾਅਦ ਆਪਣਾ ਜੋ ਇੱਕ ਛੋਟਾ ਜਿਹਾ ਕਾਰੋਬਾਰ ਕਰਕੇ ਆਪਣੀ ਦਿਨ ਚ ਰਿਆ ਆਪਣਾ ਗੁਜ਼ਾਰਾ ਕਰਦੇ ਨੇ ਉਸ ਨੂੰ ਵੀ ਸਮਾਂ ਦੇਣਾ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਜੋ ਜ਼ਰੂਰੀ ਹੁੰਦਾ ਹੈ ਉਹੀ ਤੁਸੀਂ ਕਾਲ ਕਰੋ ਤੇ ਸਿਰਫ ਮਤਲਬ ਜਿਵੇਂ ਆਪਾਂ ਕਹਿ ਸਕਦੇ ਲੋਡ ਦੀ ਗੱਲਬਾਤ ਹੀ ਕਰਿਆ ਕਰੋ ਜ਼ਿਆਦਾਤਰ ਕੋਸ਼ਿਸ਼ ਕਰੋ ਕਿ WhatsApp ਮੈਸੇਜ ਦੇ ਰਾਹੀਂ ਕਰੋ ਜੇਕਰ ਤੁਸੀਂ ਕੋਈ ਸੇਵਾ ਕਰਨੀ ਹੈ ਜਾਂ ਕੋਈ ਜ਼ਰੂਰੀ ਗੱਲ ਕਰਨੀ ਹੈ ਪਹਿਲਾਂ ਵੀਡੀਓ ਕਾਲ ਤੇ ਗੱਲਬਾਤ ਕਰਕੇ ਕਨਫਰਮ ਕਰੋ ਕਿ ਸਿੰਘ ਸਾਹਿਬ ਹੀ ਨੇ ਸਾਹਮਣੇ ਉਸ ਤੋਂ ਬਾਅਦ ਹੀ ਸੇਵਾ ਕਰੋ ਬੇਸ਼ੱਕ ਕੋਈ ਵੀ ਹੈ ਬੇਸ਼ੱਕ ਅਸੀਂ ਵੀ ਹੈ ਇਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਸੇਵਾ ਨਾ ਦਿਓ ਕੋਸ਼ਿਸ਼ ਕਰੋ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਨਜ਼ਦੀਕੀ ਅੰਮਰਸਰ ਤੋਂ ਆ ਜਾਂ ਫਿਰ ਨੇੜੇ ਤੋਂ ਆ ਤਾਂ ਉਹ ਖੁਦ ਆ ਕੇ ਬਾਬਾ ਜੀ ਨੂੰ ਮਿਲ ਸਕਦਾ ਹੈ ਤਕਰੀਬਨ ਸ਼ਾਮੀ 5 ਤੋਂ 6:00 ਵਜੇ ਤੋਂ ਕਰੀਬ ਤੋਂ ਲੈ ਕੇ ਰਾਤ 11:00 ਵਜੇ ਤੱਕ ਹੈਰੀਟੇਜ ਸਟ੍ਰੀਟ ਜੋ ਕਿ ਕਾਰ ਪਾਰਕਿੰਗ ਹੈ ਮਲਟੀ ਕਾਰ ਪਾਰਕਿੰਗ ਹੈ ਦਰਬਾਰ ਸਾਹਿਬ ਦੀ ਉੱਥੋਂ ਦਰਬਾਰ ਸਾਹਿਬ ਨੂੰ ਜੋ ਰਸਤਾ ਜਾਂਦਾ ਹੈ ਉੱਥੇ ਹੀ ਤੁਹਾਨੂੰ ਮਿਲ ਜਾਣਗੇ ਕਿਸੇ ਵੀ ਸਮੇਂ ਤੁਹਾਨੂੰ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ